ਜਾਣਾ ਯਕੀਨ ਫਰਮਾਏ। ਇੱਕ ਦੋਸਤ ਨੇ ਹੱਥ ਮੁਸਾਫਾ ਕਰਦਿਆਂ ਹੋਇਆ ਆਖਿਆ ਦੁਆ ਕਰੋ ਜੀ ਮੇਰੇ ਲਈ। ਮੇਰੇ ਦਿਲ 'ਚੋਂ ਅਲਫਾਜ਼ ਨਿਕਲੇ, ਮੈਂ ਕਿਹਾ ਜੀ ਅੱਲਾ ਮੈਂ ਕਿਹਦੀ ਕਿਹਦੀ ਸੁਣੂੰਗਾ, ਤੂੰ ਕੱਲਾ ਵੀ ਕਾਫੀ ਜਦ ਸਾਡਾ ਤਾਂ ਇੱਕ ਤੂੰ ਆ ਤੈਨੂੰ ਸਾਡਾ ਯਾਰ, ਮੈਂ ਕਿਹਦੀ ਕਿਹਦੀ ਸੁਣੂੰਗਾ, ਤੂੰ ਦਿਲਾਂ ਦੇ ਭੇਜ ਜਾਂਦਾ ਸਾਰਿਆਂ ਨੂੰ ਝੋਲੀਆਂ ਭਰ ਕੇ। ਜਿਹਦੀ ਜ਼ਿੰਦਗੀ ਇਸ ਖਾਤੇ ਲੱਗੀ ਆ ਮੇਰੇ ਸੋਹਣੇ ਦੇ ਸੱਚੇ, ਜਿਹਦੀ ਜ਼ਿੰਦਗੀ ਤੇਰੇ ਵਾਸਤੇ ਲੱਗੀ ਆ ਔਰ ਨਸਲਾਂ ਬੜਾ ਆਪਣੀਆਂ। ਆਪਣੇ ਦੋਸਤ ਨਵਾਜ਼ ਸਾਹਿਬ ਆਏ, ਮੈਂ ਕਿਹਾ ਉਸ ਤਾਂ ਨਿਸਬਤ ਦਾ ਸ਼ੁਕਰਾਨਾ ਨਹੀਂ ਦੇ ਸਕਦੇ, ਨਿਸਬਤ ਹਰ ਇੱਕ ਨੂੰ ਮਿਲਦੀ, ਉਹ ਤਵੱਜੋ ਦਾ ਸ਼ੁਕਰਾਨਾ ਨਹੀਂ ਦੇ ਸਕਦੇ। ਨਹੀਂ ਗੱਲ ਸਮਝ, ਐਸਾ ਨਵਾਜ਼ ਦਿੱਤਾ ਸਾਡੀਆਂ ਹੱਡਾਂ ਜੱਦਾਂ ਪੁਸ਼ਤਾਂ ਬਖਸ਼ਾਤੀਆਂ, ਐਸੀ ਨਿਸਬਤ ਜੋੜੀ, ਐਸੀ ਮਿਹਨਤ ਕੀਤੀ ਸੰਗੀਆਂ ਅਤੇ ਸੰਗੀ, ਉਹਦਾ ਸ਼ੁਕਰਾਨਾ ਨਹੀਂ ਅਦਾ ਕਰ ਸਕਦਾ ਕੋਈ ਸੰਗੀ, ਆਪਦੀ ਜ਼ਾਤ ਦਾ ਸ਼ੁਕਰਾਨਾ ਨਹੀਂ ਅਦਾ ਕਰ ਸਕਦਾ ਕਿਸੇ ਲਿਹਾਜ਼ ਨਾਲ ਵੀ ਨਹੀਂ ਕਰ ਸਕਦਾ। ਐਸੀ ਆਪਣੇ ਆਪਣੀ ਜਾਨ ਨੂੰ ਸਾਰੀ ਫਰਮਾਈ, ਨਾ ਸਿਹਤ ਦੇਖੀ, ਨਾ ਹਾਲ ਦੇਖਿਆ, ਨਾ ਵਕਤ ਦੇਖਿਆ, ਨਾ ਮੌਸਮ ਦੇਖਿਆ, ਦੱਸਣ ਗਈ ਦੀ ਖੁਸ਼ੀ ਦੇਖੀ, ਚਾਹੇ ਮੁਸਕੀਨ ਹੈ ਚਾਹੇ ਗਮੀਨ ਹੈ, ਕਿਸੇ ਨੂੰ ਬਗੈਰ ਉਹਦੇ ਖੁਸ਼ੀ ਤੋਂ ਗੱਡੀ ਤੇ ਗਏ, ਗੱਡੀ ਤੇ ਪ੍ਰੋਗਰਾਮ ਭੁਗਤਾ ਕੇ ਹੈ ਤੇ ਆਪਦੀ ਸ਼ਾਂਤੀ ਆਪਦੀ ਵਾਪਸੀ, ਅੱਲਾਹ ਤਾਲਾ ਆਪਦੇ ਦਰਜਾਤੀ ਬੁਲੰਦੀਆਂ ਫਰਮਾਏ। ਬਹੁਤ ਕੋਈ ਦੇਵਤਾ, ਜੋ ਕੋਈ ਦੇਵਤਾ ਉਹ ਬਹੁਤ ਕਾਫੀ ਆ ਸਾਡੀ, ਉਹਨੂੰ ਅਗਰ ਸੰਭਾਲ ਕੇ ਰੱਖੀਏ ਜਾਂ ਉਹਦੇ ਉੱਤੇ ਪਹਿਰਾ ਦਿੰਦੇ ਰਹੀਏ, ਨਾ ਮੁਕਤ ਨਾਲ ਤੋਹਫਾ ਦਿੱਤਾ ਜਿਹੜਾ ਮੁਕਤੀ ਨਹੀਂ ਸਾਡੇ ਕੋਲ, ਜਿੰਨਾ ਸਾਡੇ ਕੋਲ ਹੋਵੇ ਉਨਾ ਹੋਰ ਮਿਲੇਗਾ। ਦੁਨੀਆਂ ਦਾ ਮਾਲ ਜਿਹੜਾ ਨਾ ਖਰਚ ਕੀਤੀ ਮੁੱਕ ਜਾਂਦਾ ਹੈ, ਡਰ ਹੁੰਦਾ ਖਤਮ ਨਾ ਹੋ ਜਾਏ, ਇਹ ਜਿੰਨਾ ਖਰਚ ਕਰੋਗੇ ਉਨਾ ਹੋਰ ਮਿਲੇਗਾ। ਬਲਕਿ ਕਿਰਲਾ ਹਸਨ ਸਾਹਿਬ ਨੇ ਗੁੱਸਾ ਸੀ, ਮਾਂ ਮੈਂ ਦੋਸਤਾਂ ਨੂੰ ਕਹਿੰਦਾ ਸਾਨੂੰ ਜ਼ਾਕਰ ਨਹੀਂ ਬਣਾਇਆ, ਸਾਨੂੰ ਜ਼ਿਕਰ ਕਰਾਉਣ ਵਾਲਾ ਬਣਾ ਦਿੱਤਾ, ਜਿਹੜਾ ਹੱਕ ਦਾ ਪੈਗਾਮ ਆ ਮਖਲੂਕ ਤੱਕ ਪਹੁੰਚਾਉਣ ਵਾਲੇ ਕਮਰੇ 'ਚ ਸ਼ਾਮਿਲ ਫਰਮਾਇਆ। ਇਹ ਆਪਦੀ ਸ਼ਾਨ, ਆਪਦੀ ਤੋਜੋ ਦਾ ਸਦਕਾ ਆਪਣਾ ਕੋਈ ਬਣਾ।